ਬਰਾਤ ਬਸ ਰੈਡੀ ਹੋ ਗਈ ਹੈ, ਸਾਰੇ ਖੱਟ ਤੇ ਦੁਲੇ ਨੂੰ ਸਲਾਮੀਆਂ ਤੇ ਹਾਰ ਵਗੈਰਾ ਪਾਉਂਦੇ ਪਏ ਸੀ। ਮੈਂ ਵੀ ਅੰਮੀ ਦੇ ਘਰ ਪਹੁੰਚ ਕੇ ਫਟਾਫਟ ਸਟੇਜ ਤੇ ਜਾ ਕੇ ਆਪਣੇ ਅੱਬੂ ਨੂੰ, ਆਪਣੇ ਭਾਈਆਂ ਨੂੰ, ਸਰਬਾਲੇ ਨੂੰ ਹਾਰ ਪਾਏ। ਫਿਰ ਮੈਂ ਸਰਬਾਲੇ ਨੂੰ ਸੋਨੇ ਦੀ ਚੈਨ ਗਿਫਟ ਕੀਤੀ, ਵੇਲਾਂ ਵਾੜੀਆਂ, ਤੇ ਮੈਂ ਕਿਹਾ ਫਟਾਫਟ ਸਭ ਤੋਂ ਪਹਿਲੇ ਮੈਂ ਆਪਣਾ ਫਰਜ਼ ਅਦਾ ਕਰ ਲਵਾਂ। ਜਾਂਦੇ ਸਾਰ ਸਭ ਤੋਂ ਪਹਿਲੇ ਮੈਂ ਸਟੇਜ 'ਤੇ ਜਾ ਕੇ ਆਪਣਾ ਸਾਰਾ ਲੈਣ ਦੇਣ ਕਰਾ ਕੇ, ਵੇਲਾਂ ਵਾਰ ਕੇ ਅਤੇ ਆਪਣਾ ਚਾਰਾ ਦਿਖਾ ਕੇ ਫਿਰ ਮੈਂ ਨੀਚੇ ਉੱਤਰ ਆਈ, ਕਿਉਂਕਿ ਮੈਂ ਦੂਸਰਿਆਂ ਨੂੰ ਵੀ ਮੌਕਾ ਦੇਣਾ ਸੀ ਸਟੇਜ 'ਤੇ ਜਾ ਕੇ ਆਪਣੀਆਂ ਆਪਣੀਆਂ ਸਲਾਮੀਆਂ ਪੇਸ਼ ਕਰਨ ਦਾ। ਭਾਈਆਂ ਨੇ, ਕਜ਼ਨਾਂ ਨੇ, ਦੋਸਤਾਂ ਨੇ ਖੂਬ ਪੈਸੇ ਲੁਟਾਏ ਅਤੇ ਲੁੱਟਣ ਵਾਲਿਆਂ ਨੇ ਵੀ ਵਾਹ ਵਾਹ ਲੁੱਟ ਲਿੱਤੇ, ਅਤੇ ਪੈਸੇ ਲੁੱਟਣ ਵਾਲਿਆਂ ਨੂੰ ਵੇਖ ਕੇ ਮੇਰਾ ਦਿਲ ਕੀਤਾ ਕਿ ਮੈਂ ਵੀ ਇੱਥੇ ਬਹਿ ਕੇ ਥੋੜ੍ਹੇ ਜਿਹੇ ਪੈਸੇ ਲੁੱਟ ਲਵਾਂ, ਕਿਉਂਕਿ ਇਹਨਾਂ ਬੱਚਿਆਂ ਨੂੰ ਵੇਖ ਕੇ ਆਪਣਾ ਬਚਪਨ ਵੀ ਯਾਦ ਆ ਗਿਆ। ਮੈਂ ਵੀ ਬਚਪਨ 'ਚ ਐਵੇਂ ਲੁੱਟ ਲਿਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸਲਾਮ ਅਲੈਕੁਮ। ਹਾਂਜੀ, ਕੀ ਹਾਲ ਹੈ ਤੁਹਾਡੇ ਸਾਰਿਆਂ ਦੇ? ਤਵੀਸ਼ਤਾਂ, ਸਿਹਤਾਂ, ਨੀਤਾਂ ਸਭ ਠੀਕ ਠਾਕ ਹੈ? ਬਰਾਤ ਬਸ ਰੈਡੀ ਹੋ ਗਈ ਹੈ, ਸਾਰੇ ਖੱਟ ਤੇ ਦੁਲੇ ਨੂੰ ਸਲਾਮੀਆਂ ਤੇ ਹਾਰ ਵਗੈਰਾ ਪਾਉਂਦੇ ਪਏ ਸੀ। ਮੈਂ ਵੀ ਅੰਮੀ ਦੇ ਘਰ ਪਹੁੰਚ ਕੇ ਫਟਾਫਟ ਸਟੇਜ 'ਤੇ ਜਾ ਕੇ ਆਪਣੇ ਅੱਬੂ ਨੂੰ, ਆਪਣੇ ਭਾਈਆਂ ਨੂੰ, ਸਰਬਾਲੇ ਨੂੰ ਹਾਰ ਪਾਏ। ਫਿਰ ਮੈਂ ਸਰਬਾਲੇ ਨੂੰ ਸੋਨੇ ਦੀ ਚੈਨ ਗਿਫਟ ਕੀਤੀ, ਵੇਲਾਂ ਵਾੜੀਆਂ, ਅਤੇ ਮੈਂ ਕਿਹਾ ਫਟਾਫਟ ਸਭ ਤੋਂ ਪਹਿਲੇ ਮੈਂ ਆਪਣਾ ਫਰਜ਼ ਅਦਾ ਕਰ ਲਵਾਂ। ਜਾਂਦੇ ਸਾਰ ਸਭ ਤੋਂ ਪਹਿਲੇ ਮੈਂ ਸਟੇਜ 'ਤੇ ਜਾ ਕੇ ਆਪਣਾ ਸਾਰਾ ਲੈਣ ਦੇਣ ਕਰਾ ਕੇ, ਵੇਲਾਂ ਵਾਰ ਕੇ ਅਤੇ ਆਪਣਾ ਚਾਰਾ ਦਿਖਾ ਕੇ ਫਿਰ ਮੈਂ ਨੀਚੇ ਉੱਤਰ ਆਈ, ਕਿਉਂਕਿ ਮੈਂ ਦੂਸਰਿਆਂ ਨੂੰ ਵੀ ਮੌਕਾ ਦੇਣਾ ਸੀ ਸਟੇਜ 'ਤੇ ਜਾ ਕੇ ਆਪਣੀਆਂ ਆਪਣੀਆਂ ਸਲਾਮੀਆਂ ਪੇਸ਼ ਕਰਨ ਦਾ। ਇਸ ਲਈ ਸਾਰਿਆਂ ਕਜ਼ਨਾਂ ਨੇ, ਭਾਈਆਂ ਨੇ ਅਤੇ ਭਾਈਆਂ ਦੇ ਦੋਸਤਾਂ ਨੇ ਭਾਈ ਦੀ ਸ਼ਾਦੀ ਦੇ ਚਾਰਾ ਦਿਖਾਉਣ ਵਾਸਤੇ ਪੈਸੇ ਲਟਾਏ, ਵੇਲਾਂ ਵਾਰੀਆਂ। ਬਰਾਤ ਦਾ ਟਾਈਮ ਹੁੰਦਾ ਪਿਆ ਸੀ, ਇਸ ਲਈ ਸਭ ਨੂੰ ਬਹੁਤ ਜਲਦੀ ਸੀ, ਸਾਰਿਆਂ ਨੂੰ ਆਪਣੇ ਆਪਣੇ ਕੰਮਾਂ ਦੀ ਅਫਰਾ ਤਫਰੀ ਪਈ ਸੀ। ਖੈਰ ਦੇ ਨਾਲ ਹੁਣ ਬਾਈ ਦੀ ਬਰਾਤ ਜਾਣ ਵਾਸਤੇ ਸਾਰੇ ਸਟੇਜ ਤੋਂ ਥੱਲੇ ਉਤਰੇ, ਆਪਣੀਆਂ ਆਪਣੀਆਂ ਗੱਡੀਆਂ ਦੇ ਵਿੱਚ ਬੈਠੇ, ਦੁੱਲੇ ਨੂੰ ਵੀ ਉਹਦੀ ਗੱਡੀ ਦੇ ਵਿੱਚ ਬਿਠਾਇਆ। ਭਾਈਆਂ ਨੇ, ਕਜ਼ਨਾਂ ਨੇ, ਦੋਸਤਾਂ ਨੇ ਖੂਬ ਪੈਸੇ ਲੁਟਾਏ ਅਤੇ ਲੁੱਟਣ ਵਾਲਿਆਂ ਨੇ ਵੀ ਵਾਹ ਵਾਹ ਲੁੱਟ ਲਿੱਤੇ, ਅਤੇ ਪੈਸੇ ਲੁੱਟਣ ਵਾਲਿਆਂ ਨੂੰ ਵੇਖ ਕੇ ਮੇਰਾ ਦਿਲ ਕੀਤਾ ਕਿ ਮੈਂ ਵੀ ਇੱਥੇ ਬਹਿ ਕੇ ਥੋੜ੍ਹੇ ਜਿਹੇ ਪੈਸੇ ਲੁੱਟ ਲਵਾਂ, ਕਿਉਂਕਿ ਇਹਨਾਂ ਬੱਚਿਆਂ ਨੂੰ ਵੇਖ ਕੇ ਆਪਣਾ ਬਚਪਨ ਵੀ ਯਾਦ ਆ ਗਿਆ। ਮੈਂ ਵੀ ਬਚਪਨ 'ਚ ਐਵੇਂ ਲੁੱਟਣੀ ਸੀ। ਇਹਨਾਂ ਖੁਸ਼ੀ ਦੇ ਮੌਕਿਆਂ 'ਤੇ ਫਿਰ ਸਾਡੀ ਅੰਮੀ ਬਹੁਤ ਜ਼ਿਆਦਾ ਉਦਾਸ ਹੋ ਗਿਆ ਸੀ। ਹਰ ਚੀਜ਼ ਕੈਮਰੇ ਵਿੱਚ ਨਹੀਂ ਦਿਖਾਈ ਜਾਂਦੀ, ਨਾ ਹੀ ਹਰ ਵੇਲੇ ਕੈਮਰੇ ਔਨ ਹੁੰਦੇ ਨੇ। ਫਿਰ ਅੰਮੀ ਨੂੰ ਸਮਝਾਇਆ ਕਿ ਮਾਂ ਜੀ, ਤੁਸੀਂ ਨਾ ਪਰੇਸ਼ਾਨ ਹੋਵੋ, ਨਾ ਰੋਵੋ, ਅੱਲਾ ਦਾ ਮਾਲ ਸੀ, ਅੱਲਾ ਨੇ ਲੈ ਲਿੱਤਾ, ਕੀ ਕਰ ਸਕਦੇ ਹੋ, ਇਨਸਾਨ ਸਵਾਏ ਸਬਰ ਸ਼ੁਕਰ ਦੇ ਕੁਛ ਵੀ ਨਹੀਂ ਕਰ ਸਕਦਾ, ਅਤੇ ਅੱਲਾ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਸਿੱਖੋ ਮਾਂ ਜੀ। ਮਾਂ ਜੀ ਨੂੰ ਬੜਾ ਸਮਝਾਇਆ, ਲੇਕਿਨ ਮਾਂ ਸੀ, ਮਾਂ ਦਾ ਦਿਲ ਮੋਮ ਸੀ। ਇਸ ਲਈ ਖੁਸ਼ੀ ਦੇ ਮੌਕੇ 'ਤੇ ਅੰਮੀ ਨੂੰ ਵਾਰ ਵਾਰ ਬਹਿਨੋਈ ਦੀ ਕਮੀ ਫੀਲ ਹੁੰਦੀ ਪਈ ਸੀ। ਅੱਲਾ ਪਾਕ ਸਾਡੇ ਉਸ ਬਹਿਨੋਈ ਨੂੰ ਜਨਤੁਲ ਫਿਰਦੌਸ ਵਿੱਚ ਬੁਲੰਦ ਦਰਜਾ ਅਤਾ ਕਰੇ। ਸਾਰੇ ਆਪੋ ਆਪਣੀਆਂ ਗੱਡੀਆਂ ਦੇ ਵਿੱਚ ਬੈਠਦੇ ਗਏ, ਕਿਉਂਕਿ ਗਲੀ ਦੇ ਵਿੱਚ ਰਸ਼ ਬਹੁਤ ਜ਼ਿਆਦਾ ਹੋ ਜਾਣਾ ਸੀ। ਕਿਸੇ ਦੀ ਗੱਡੀ ਸੱਜੇ ਪਾਸੇ ਅਤੇ ਕਿਸੇ ਦੀ ਗੱਡੀ ਖੱਬੇ ਪਾਸੇ ਖੜ੍ਹੀ ਸੀ। ਸਾਡੀ ਗੱਡੀ ਵੀ ਫਿਰ ਇੱਕ ਗਲੀ ਦੇ ਵਿੱਚ ਖਲੋਤੀ ਸੀ। ਅਸੀਂ ਵੀ ਜਾ ਕੇ ਫਟਾਫਟ ਚੋਰੀ ਚੁੱਪ ਚੁੱਪੀ 'ਤੇ ਆਪਣੀ ਗੱਡੀ ਦੇ ਵਿੱਚ ਬੈਠੇ ਅਤੇ ਬਰਾਤ ਵਾਸਤੇ ਰਵਾਨਾ ਹੋਏ।